ਅਸਲਾਮ ਅਲੈਕੁਮ ਜੀ, ਆਪਣੇ ਸੋਹਣੇ ਪੰਜਾਬ ਦੇ ਸ਼ਹਿਰ ਜੇਲਮ ਨਾਲ ਹੀ ਅੱਗੇ ਕਰਕੇ ਇੱਕ ਛੋਟਾ ਜਿਹਾ ਸ਼ਹਿਰ ਹੈ ਸਰਾਏ ਆਲਮਗੀਰ, ਦਰਿਆ ਜੇਲਮ ਦੇ ਕੋਲ। ਉੱਥੇ ਇੱਕ ਗ੍ਰਾਂ ਹੈ ਖਦਰਿਆਲਾ, ਅਤੇ ਖਦਰਿਆਲੇ ਵਿੱਚ ਮੌਜੂਦ ਹਾਂ ਅਸੀਂ। ਸਾਡੇ ਸੱਜਣ ਨੇ, ਸਾਡੇ ਭਰਾ ਨੇ, ਕਜ਼ਨ ਨੇ, ਮਿਰਜ਼ਾ ਸਾਕਬ ਸਾਹਿਬ, ਇਹ UAE ਛੱਡ ਕੇ ਪਾਕਿਸਤਾਨ ਆ ਗਏ ਨੇ। ਕਬੂਤਰਾਂ ਦੇ ਬਹੁਤ ਵੱਡੇ ਆਸ਼ਿਕ ਦੀਵਾਨੇ, ਠੀਕ ਹੈ। ਕਬੂਤਰਾਂ ਦੇ ਨਾਲ ਇਹਨਾਂ ਨੇ ਆਪਣਾ ਬਹੁਤ ਸਾਰਾ ਟਾਈਮ ਸਪੈਂਡ ਕੀਤਾ। ਇਹਨਾਂ ਦੇ ਨਾਲ ਗੱਲ ਕਰਾਂਗੇ ਅਸੀਂ ਕਿ ਕੀ ਖਟਿਆ ਭਾਈ ਜਾਨ ਨੇ ਕਬੂਤਰਾਂ 'ਚੋਂ ਅਤੇ UAE ਛੱਡ ਕੇ। ਅਸਲਾਮ ਅਲੈਕੁਮ ਸਾਕਿਬ ਸਾਹਿਬ, ਕੀ ਹਾਲ ਹੈ? ਠੀਕ ਹੋ? ਹਾਂਜੀ, ਅੱਲਾਹ ਦਾ ਸ਼ੁਕਰ ਹੈ ਭਾਈ, ਆਪਣੀ ਸੁਣਾਓ। ਕਬੂਤਰਾਂ ਵਾਲੇ ਉੱਤੇ ਵੇਖਦੇ ਰਹਿੰਦੇ ਨੇ, ਖੈਰ ਹੈ? ਕੀ ਕਰੀਏ, ਬੱਚੇ ਹੋਏ ਸਾਡੇ। ਓਹੋ, ਅੱਛਾ, ਬਹੁਤ ਮੁਹੱਬਤ ਹੈ ਅਸਾਂ ਕੀ ਨਾਮ ਪਰਿੰਦਿਆਂ ਨਾਲ। ਅੱਛਾ, ਬਹੁਤ ਅਸਾਂ ਕੀ ਮਤਲਬ ਅਸੀਂ ਸ਼ੌਂਕ ਕਰਨੇ ਆ। ਅੱਛਾ, ਛੋਟਾ ਜਿਹਾ ਸਮਾਂ। ਅੱਛਾ, ਮਤਲਬ ਇਹ ਸ਼ੌਂਕ ਪਿਆ ਤੇ ਅੱਜ ਮੈਨੂੰ ਹੋ ਗਏ ਕੋਈ 12-13 ਸਾਲ ਇਸ ਸ਼ੌਂਕ ਵਿੱਚ। ਅੱਛਾ, ਇਹ ਸ਼ੌਂਕ ਨਹੀਂ ਛੁੱਟਦਾ, ਸ਼ੌਕ ਨਹੀਂ ਛੁੱਟਦਾ। ਸਾਕਿਬ ਸਾਹਿਬ, ਇਹ ਕਿਹੜੇ ਕਬੂਤਰ ਨੇ? ਇਹ ਬਰੀਡਿੰਗ ਵਾਲੇ। ਬਰੀਡਿੰਗ ਵਾਲੇ? ਬਰੀਡਿੰਗ ਵਾਲੇ ਮਤਲਬ ਬਈ? ਮਤਲਬ ਕਿ ਜਿਹੜਾ ਅੱਛਾ ਨਸਲ ਰਿਜ਼ਲਟ ਅੱਛਾ ਮੈਨੂੰ ਕਬੂਤਰ ਦਿੰਦਾ ਵੈ। ਅੱਛਾ, ਉਸ ਕੀ ਮੈਂ ਬਰੀਡਿੰਗ ਵਿੱਚ ਪਾ ਕੇ ਅੱਗੋਂ ਉਹਨਾਂ ਨੇ ਬਰੀਡਿੰਗ। ਸਹੀ ਹੈ, ਸਹੀ ਹੈ, ਸਹੀ, ਨਸਲ ਵਧਾਉਂਦੇ ਹੋ। ਯਾ, ਅੱਛਾ, ਇਹ ਕਬੂਤਰ। ਯਾ, ਠੀਕ ਠੀਕ ਠੀਕ। ਕੁਝ ਅਜੇ ਅੰਦਰ ਅੰਡਿਆਂ ਬੱਚਿਆਂ ਵਿੱਚ ਬੈਠੇ ਨੇ। ਅੱਛਾ, ਅੰਡਿਆਂ ਬੱਚਿਆਂ ਦੇ ਵਿੱਚ ਬੈਠੇ ਨੇ, ਵਾਹ ਜੀ ਵਾਹ, ਕੀ ਬਾਤ। ਸਾਕਿਬ ਸਾਹਿਬ, ਨਾਲ ਤੁਹਾਡੇ ਚਾਚੂ ਮੌਜੂਦ ਨੇ, ਇਹਨਾਂ ਕੋਲੋਂ ਵੀ ਸਵਾਲ ਕਰ ਲੈਂਦੇ ਹਾਂ ਕਬੂਤਰਾਂ ਦੇ ਬਾਰੇ। ਕੀ ਹਾਲ ਹੈ ਜਨਾਬ, ਠੀਕ ਹੋ? ਕੈਸੀ ਤਬੀਅਤ ਹੈ? ਬਿਲਕੁਲ ਠੀਕ ਠਾਕ। ਕੈਸੇ ਸ਼ੌਕ ਨੇ ਸਾਕਿਬ ਸਾਹਿਬ ਦੇ? ਸਰ, ਸ਼ੌਕ ਦੁਬਈ ਤੋਂ ਕੁਝ ਮਾਲ ਆਇਆ ਹੈ। ਅੱਛਾ, ਮੈਂ ਤਾਂ ਇਤਨਾ ਜ਼ਿਆਦਾ ਮਾਹਿਰ ਨਹੀਂ, ਜ਼ਿਆਦਾ ਇਸ ਤਰ੍ਹਾਂ ਪੁੱਛਣ ਕਿਸ ਕਿਸ ਨਸਲ ਨੇ ਮੈਨੂੰ। ਅੱਛਾ, ਦੁਬਈ ਤੋਂ ਹੀ ਕਬੂਤਰ ਮੰਗਵਾਏ ਨੇ ਤੁਸੀਂ? ਬਸ ਥੋੜ੍ਹੇ ਜਿਹੇ ਮੰਗਵਾਏ ਸਨ। ਅੱਛਾ, ਬਾਜ਼ੀਆਂ ਬੂਜ਼ੀਆਂ ਲੱਗੀਆਂ ਸਨ, ਟੂਰਨਾਮੈਂਟ ਵਗੈਰਾ। ਅੱਛਾ, ਉਹਨਾਂ ਵਾਸਤੇ। ਅੱਛਾ ਅੱਛਾ, ਤੇ ਟੂਰਨਾਮੈਂਟ ਹੋਣੇ, ਕੋਈ ਪੈਸੇ ਪੂਸੇ ਲਾਈਦੇ? ਜੀ, ਪੈਸੇ ਲੱਗਨੇ ਨੇ, ਫਿਰ ਕਾਰਾਂ ਵਿੱਚ ਸੇਲਵੀਨ ਹੈ। ਕਿੰਨੇ ਪੈਸੇ? ਕੋਈ ਕੋਈ ਗੋਲਡ ਹੋਣੇ ਨੇ, ਨਾਮ ਬਾਈਕ ਹੋਣੀ ਹੈ, ਕਾਰਾਂ ਹੋਣੀਆਂ ਨੇ। ਨਹੀਂ, ਕਾਰਾਂ ਵੀ ਹੋਣੀਆਂ ਨੇ, ਘੋੜੇ ਵੀ ਹੋਣੇ ਨੇ, ਫਿਰ ਇਨਾਮ ਹੋਣੇ ਨੇ। ਅੱਛਾ, ਬਾਰਾਂ ਲਈ ਇੱਕ ਸ਼ੌਂਕ ਹੈ, ਅੱਛਾ, ਜਨੂਨ ਹੈ ਸਾਡਾ। ਠੀਕ, ਇਨਾਮ ਨਾਲ ਕੋਈ ਫਰਜ਼ ਨਹੀਂ, ਇਨਾਮ ਨਾਲ ਕੋਈ ਫਰਜ਼ ਨਹੀਂ ਹੈ। ਪਰ ਇਹ ਕਿੰਨੇ ਕੀ ਕਬੂਤਰ ਹੋਣਗੇ? ਇਹ ਹੈ ਕੋਈ 120 ਕਿ ਸਾਰੇ, ਤੇ ਬਾਕੀ ਕੁਝ ਥੱਲੇ ਕਬੂਤਰ ਰੱਖੇ। ਅੱਛਾ, ਯਾ, ਠੀਕ, ਉਹ ਜੋ ਬਰੀਡਿੰਗ ਵਾਲੇ ਨੇ। ਸਹੀ ਹੈ, ਬਿਲਕੁਲ ਠੀਕ। ਇਹਨਾਂ ਨਾਲ ਸਾਡਾ ਜੀਣ ਤੇ ਇਹਨਾਂ ਨਾਲ ਸਾਡਾ ਮਰਨ ਹੈ। ਉਹ ਇਹੀ ਨਾ, ਜਦੋਂ ਆਈਏ ਪਤਾ ਕਰੀਦਾ ਕਿੱਥੇ ਸਾਗਰ ਦੀ, ਪਤਾ ਚੱਲਦਾ ਕਬੂਤਰਾਂ ਦਾ। ਪਾਕਿਸਤਾਨ ਵਿੱਚੋਂ ਸ਼ੌਂਕ ਦੇ ਲਿਹਾਜ਼ ਤੇ ਸਭ ਨਾਲੋਂ ਜ਼ਿਆਦਾ ਕਬੂਤਰਬਾਜ਼ੀ ਹੋ ਰਹੀ ਹੈ। ਹੈ? ਸ਼ੌਂਕ ਦੇ ਲਿਹਾਜ਼ ਤੇ ਕਬੂਤਰਬਾਜ਼ੀ ਹੋ ਰਹੀ ਹੈ ਮੇਰੇ ਸਾਹਿਬ। ਅੱਛਾ ਜੀ, ਤੁਸੀਂ ਕਬੱਡੀ ਦੇ ਇੰਨੇ ਸੋਹਣੇ ਪਲੇਅਰ ਸੀ। ਕਬੱਡੀ ਆਪਣੀ ਜਗ੍ਹਾ ਤੇ, ਆਪਣੀ ਜਗ੍ਹਾ ਤੇ ਸ਼ੌਂਕ ਹੈ। ਅੱਛਾ, ਇੱਧਰ ਵੇਖੋ ਨਾ ਸਾਡੇ ਨਾਲ, ਮੁਗਲਾਂ ਨੇ ਸ਼ੁਰੂ ਤੋਂ ਕਬੂਤਰਾਂ ਬਾਜ਼ੀਆਂ ਨੇ ਸ਼ੌਂਕ, ਨਾਲੇ ਬਾਦਸ਼ਾਹ ਹੀ ਸ਼ੌਂਕ ਹੈ। ਅੱਛਾ, ਤੇ ਹੁਣ ਉੱਪਰ ਕੀ ਵੇਖ ਰਹੇ ਹੋ ਤੁਸੀਂ? ਉੱਪਰ ਸੁਬਾ ਦੇ ਜੇ ਕਬੂਤਰ ਡਾਏ ਨੇ ਤਾਂ ਉਹ ਵੇਖ ਰਿਹਾ ਕਿ ਕੋਈ ਤਰੁੱਟਣ ਦੇ ਥੱਲੇ ਆਵਣ। ਕੋਈ ਨਜ਼ਰ ਤੇ ਕੋਈ ਨਹੀਂ ਕੁਝ ਆ ਰਿਹਾ। ਅਜਰ ਬੱਤੀ ਤੇ ਯਾਫ ਸਾਨੂੰ ਹਾਂ ਜੀ, ਇਹ ਕੋ ਬੱਤੀ ਕੋ ਨੇਰਾ ਪੈਸੀ ਤੋਂ ਨੇਰਾ ਸੀ ਸਰ, ਬਹੁਤ ਮਤਲਬ ਫਲਾਈਟ ਬਹੁਤ ਜ਼ਿਆਦਾ ਨੇ। ਅੱਛਾ, 12 ਘੰਟੇ ਤੋਂ ਉੱਤੇ ਰਹਿੰਦੇ, 12-12 ਘੰਟੇ ਉੱਡਦੇ ਨੇ ਕਬੂਤਰ। ਬਾਹਰ ਨੇ ਸਾਰੇ ਦੁਬਈ ਨੇ, ਇੱਥੇ ਨੇ ਥੋੜਾ। ਇਹ ਸਾਕਿਬ ਸਾਹਿਬ, ਕਬੂਤਰ ਉੱਪਰ ਕਿੰਨਾ ਟਾਈਮ ਰਹਿ ਸਕਣਾ? ਕਬੂਤਰ ਮੈਕਸਿਮਮ ਸਵੇਰ ਜੇ ਅਸੀਂ 6 ਵਜੇ ਡਾਨੇ ਆ, ਤੇ ਉਹ ਸ਼ਾਮੀ ਰਾਤੀ 7 ਵਜੇ ਤੱਕ ਵੀ ਉੱਡ ਸਕਣ, ਯਾਨੀ 12 ਘੰਟੇ। ਅੱਛਾ, ਤਕਰੀਬਨ 12 ਘੰਟੇ ਉੱਡਦੇ। ਖੁਰਾਕਾਂ ਮਿਰਜ਼ਾ ਸਾਹਿਬ ਹੋਣੀਆਂ, ਉਹਨਾਂ ਦੇ ਛੋਲੇ, ਬਦਾਮ। ਬਦਾਮ ਖਵਾਲਦੇ ਹੋ? ਬਦਾਮ ਆਪੂ ਨਾ ਅਸੀਂ ਖਾਂਦੇ, ਇਹਨਾਂ ਨੂੰ ਖਵਾਲਦੇ ਆ, ਬਦਾਮ ਖਵਾਲਦੇ ਆ। ਅੱਛਾ, ਉਹਨਾਂ ਦੇ ਹਿਸਾਬ ਤੇ ਬਦਾਮ ਖਾਂਦੇ ਨੇ, ਜਦੋਂ ਸੀਜ਼ਨ ਆਮਨੇ ਬਾਜ਼ੀਆਂ ਦਾ। ਠੀਕ ਠੀਕ ਠੀਕ, ਛੋਲੇ ਤਾਂ ਹੋਰ, ਇਹਨਾਂ ਦੀ ਮੱਕ ਹੋਰ, ਬੜਾ ਕੁਝ ਪਾਉਂਦੇ ਆ। ਅੱਛਾ, ਸਾਡੇ ਜਾਨਵਰ ਤੁਸੀਂ ਵੇਖੋ, ਗੇਰੇ ਹੁਣ ਕੁਝ ਖੋਸਾ ਮਾਰੀਆਂ ਨੇ। ਮੈਂ ਇਹ ਉੱਡਣਾ ਜਾਣ ਜੀ, ਨਹੀਂ ਉੱਡਦੇ, ਨਹੀਂ ਉੱਡਦੇ, ਹੱਥ ਮੂਵੀ ਬਣਾਓ ਇਹਨਾਂ ਨਹੀਂ। ਵਾਹ ਵਾਹ, ਹੁਣ ਸਾਡੀਆਂ ਬਾਜ਼ੀਆਂ ਵੀ ਲੱਗਣੀਆਂ ਨੇ। ਬੜਾ ਸੋਹਣਾ ਪਰਿੰਦਾ ਹੈ ਯਾਰ, ਕਬੂਤਰ ਹੈ ਇਹ। ਹੁਣ ਸਾਰੇ ਭਿਉਨੇ ਨੇ ਗੂ, ਮੇਰੀਆਂ ਬਾਜ਼ੀਆਂ ਤੇ ਟੂਰਨਾਮੈਂਟ ਵੀ ਨੇ। ਅੱਛਾ, ਬਾਜ਼ੀਆਂ ਟੂਰਨਾਮੈਂਟ ਵੀ ਤੁਹਾਡੇ? ਠੀਕ, ਤੁਸੀਂ ਵੀ ਸ਼ੌਂਕ ਕਰੋ, ਸ਼ੌਂਕ ਹੋਰ ਫੈਲਾਓ ਤਾਂ ਕਿ ਮਜ਼ੀਦ
ਪਾਕਿਸਤਾਨ ਵਿੱਚ ਸ਼ੌਂਕ ਬਹੁਤ ਜ਼ਿਆਦਾ ਪਾਕਿਸਤਾਨੀ ਬਹੁਤ ਸਾਰੇ ਲੋਕਾਂ ਕਬੂਤਰ ਰੱਖੇ ਨੇ ਦੁਬਈ ਜਾ ਕੇ ਸਾਊਦੀਆ ਜਾ ਕੇ ਵੀ ਰੱਖੇ ਨੇ ਜੀ ਮਿਰਜ਼ਾ ਸਾਹਿਬ ਇਹ ਪਤਾ ਕੀ ਗੱਲ ਹੈ ਜੀ ਜੀ ਇਹ ਅੱਜ ਕੱਲ੍ਹ ਭੁੱਖੇ ਬੰਦੇ ਨਾਲ ਵਾਸਤਾ ਰੋਗ ਨਹੀਂ ਰਿਹਾ ਕਬੂਤਰ ਬਾਦ ਅੱਛਾ ਇੱਧਰ ਵੇਖ ਕੇ ਇੱਧਰ ਇਹ ਅੱਜ ਕੱਲ੍ਹ ਭੁੱਖੇ ਬੰਦੇ ਨਾਲ ਵਾਸਤਾ ਰੋਗ ਨਹੀਂ ਰਿਹਾ ਕਬੂਤਰ ਬਾਦ ਹੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਸਾਨੂੰ ਬੜੀ ਮਿਹਰਬਾਨੀ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ ਹੈ ਸ਼ਹਿਜ਼ਾਦੇ ਭਰਾ ਤੁਸੀਂ ਸ਼ਹਿਜ਼ਾਦੇ ਭਰਾ ਤੁਸੀਂ ਬਹੁਤ ਮਿਹਰਬਾਨੀ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਕਬੂਤਰਾਂ ਦਾ ਤੇ ਤੁਸੀਂ ਰੱਖਦੇ ਹੀ ਹੋ ਕਬੂਤਰਾਂ ਦਾ ਅੱਜ ਸਪੈਸ਼ਲ ਬਾਹਰੋਂ ਆਮ ਨਹੀਂ ਕਬੂਤਰਾਂ ਵਾਸਤੇ ਹੀ